ਹੁੰਦਾ ਕਿਉਂਕਿ ਜਿਹਦੇ ਉੱਤੇ ਬੈਠਾ ਖੁਦ ਘੁੰਮਦੀ ਪਈ ਘੁੰਮਤਾ ਪਰ ਇਹ ਸਾਰੇ ਅਦ੍ਰਿਸ਼ਟ ਸੂਰਜ ਦੀ ਖਿੱਚ ਉਹਨੇ ਧਰਤੀ ਨੂੰ ਪਰਕਰਮਾ ਚ ਲਾ ਦਿੱਤਾ ਧਰਤੀ ਨੇ ਖਿੱਚ ਪਾਈ ਉਹਨੇ ਚੰਦਰਮਾ ਨੂੰ ਪਰਕਰਮਾ ਚ ਲਾ ਦਿੱਤਾ ਸਾਰੇ ਸੂਰਜ ਦੇ ਦੁਆਲੇ ਪਰਕਰਮਾ ਕਰੀ ਜਾ ਰਹੇ ਨੇ ਉੱਥੇ ਅਰਦਾਸ ਕਰਨੀ ਹੈ ਸਤਿਗੁਰੂ ਗ੍ਰਿਸ਼ਟ ਚ ਪ੍ਰਵੇਸ਼ ਕਰਨ ਲੱਗੇ ਹਾਂ ਤੇਰੇ ਤੋਂ ਵੱਡਾ ਸਾਡੇ ਲਈ ਕੋਈ ਤੂੰ ਸਭ ਤੋਂ ਵੱਡਾ ਹੈ ਅਸੀਂ ਸਭ ਤੋਂ ਛੋਟੇ ਹਾਂ ਜਿਵੇਂ ਇੱਕ ਖਿੱਚ ਵੱਡੇ ਨੂੰ ਵੱਡਾ ਖਿੱਚ ਕੇ ਛੋਟੇ ਨੂੰ ਪਰਕਰਮਾ ਕਰਾਉਂਦਾ ਹੈ ਕਿਰਪਾ ਕਰੀ ਸਾਡੇ ਕੋਲ ਤਾਕਤ ਨਹੀਂ ਤੂੰ ਆਪਣੇ ਸ਼ਬਦ ਦੀ ਖਿੱਚ ਬਣਾ ਕੇ ਰੱਖੀ ਦੁੱਖ ਆਵੇ ਸੁੱਖ ਆਵੇ ਮੇਰੇ ਸਰੀਰ ਤੇਰੀ ਪਰਕਰਮਾ ਤੋਂ ਕਦੀ ਦੂਰ ਨਾ ਮੈਨੂੰ ਯਾਦ ਹੈ ਭਾਈ ਵੀਰ ਸਿੰਘ ਜੀ ਉਹਨਾਂ ਨੇ ਖਿੱਚ ਤੇ ਇੱਕ ਕਵਿਤਾ ਲਿਖੀ ਸੀ ਪਰਕਰਮਾ ਤੇ ਉਹਨਾਂ ਦੀ ਰਚਨਾ ਹੈ ਜੀ ਕਿ ਤੁਸੀਂ ਬੰਨਿਆ ਨੇਮ ਵੱਡੇ ਖਿੱਚਣ ਛੋਟਿਆਂ ਕੀ ਹੈ ਪਰਕਰਮਾ ਜਦੋਂ ਕਰਨੀ ਤੁਸੀਂ ਬੰਨਿਆ ਨੇਮ ਵੱਡੇ ਖਿੱਚਣ ਛੋਟਿਆਂ ਸੂਰਜ ਖਿੱਚੇ ਧਰਤ ਧਰਤ ਫਿਰ ਚੰਦ ਨੂੰ ਚੰਦ ਮਾਰਦਾ ਖਿੱਚ ਵਿਛਾਲੇ ਸਾਗਰ ਜਦੋਂ ਜਵਾਰ ਭੱਟ ਆਉਂਦਾ ਅਸੀਂ ਕਹਿੰਦੇ ਚੰਦਰਮਾ ਚ ਖਿੱਚ ਥੋੜੀ ਹੈ ਨਾ ਗਰੰਟੀ ਹੈ ਪਰ ਧਰਤੀ ਚ ਨਹੀਂ ਪਰ ਬਾਬਾ ਉਹ ਦੇਖੋ ਚੰਦਰਮਾ ਦੀ ਖਿੱਚ ਸਮੁੰਦਰ ਨੂੰ ਛਾਲੀ ਦਿੰਦਾ ਤੁਸੀਂ ਬੰਨਿਆ ਨੇ ਵੱਡੇ ਖਿੱਚਣ ਛੋਟਿਆਂ ਸੂਰਜ ਖਿੱਚੇ ਧਰਤ ਧਰਤ ਫਿਰ ਚੰਦ ਨੂੰ ਚੰਦ ਮਾਰਦਾ ਖਿੱਚ ਵਿਛਾਲੇ ਸਾਗਰਾ ਰੱਖ ਆਪਣੇ ਵੱਲ ਖਿੱਚ ਸਭ ਤੋਂ ਵੱਡਿਆ ਖਿੱਚ ਆਪਣੇ ਵੱਲ ਖਿੱਚ ਸਭ ਤੋਂ ਵੱਡਿਆ ਜੇ ਨਾ ਰੱਖੇ ਖਿੱਚ ਸਾਈਆਂ ਮੇਰਿਆ ਹਾਏ ਗੁਆ ਚ ਜਾਸਾ ਮੈਂ ਬੰਨ ਤੇ ਮੇਰੇ ਤੂੰ ਮੇਰ ਕਰ ਗੁਰਮੁਖੋ ਪਰਕਰਮਾ ਨਿਰਾਰਥਕ ਨਹੀਂ ਪਰਕਰਮਾ ਇੱਕ ਜ਼ਿੰਦਗੀ ਹੈ ਪਰਕਰਮਾ ਸਾਨੂੰ ਬਹੁਤ ਕੁਝ ਦਿੰਦੀ ਹੈ ਚਾਰ ਲਾਵਾਂ ਦਾ ਪਾਠ ਹੁੰਦਾ ਹੈ ਗੁਰਮੁਖ ਪਿਆਰੇ ਪੜ੍ਹਦੇ ਆ ਕਿ ਸਭ ਨੂੰ ਪਤਾ ਹੈ ਵਿਲਾਮ ਸਰਲੇਖ ਨੇ ਸਰਲੇਖ ਤੇ ਨਹੀਂ ਨਾ ਜੀ ਲਾਮ ਚਾਰ ਬੰਦਾਂ ਦਾ ਪਦੇ ਕਹਿ ਲਈ ਸੌਖਾ ਰਹੇ ਚਾਰ ਪਦਿਆਂ ਦਾ ਇੱਕ ਸ਼ੰਤ ਹੈ ਤੇ ਸਭ ਤੋਂ ਜ਼ਿਆਦਾ ਸ਼ੰਤ ਜਿਹੜੇ ਨੇ ਸੂਈ ਰਾਗ ਵਿੱਚ ਹੀ ਆ ਕੰਮ ਕਰ ਸਾਜਨ ਆਏ ਵੀ ਸੂਈ ਰਾਗ ਵਿੱਚ ਮਿੱਠ ਬੋਲੜਾ ਜੀ ਕਰ ਸੱਜਣ ਸਵਾਮੀ ਮੋਰਾ ਉਹ ਵੀ ਸੂਈ ਰਾਗ ਵਿੱਚ ਹੁਣ ਉਹ ਜਿਹੜੇ ਚਾਰ ਪਦੇ ਨੇ ਇਹ ਲਫ਼ਜ਼ ਲਾਮ ਕਹਿ ਲਾਮ ਦੇ ਅਰਥ ਕੀ ਚਲੋ ਸਾਰੇ ਗੁਰਮੁਖਾਂ ਨੇ ਅਰਥ ਕਈਆਂ ਨੇ ਫੇਰੇ ਕੀਤੇ ਪਰ ਤਸੱਲੀ ਬਖਸ਼ ਪ੍ਰੋਫੈਸਰ ਸਾਹਿਬ ਸਿਮਣਾ ਨੇ ਵੀ ਇਹੀ ਅਰਥ ਕੀਤੇ ਕਿ ਜੀਵੀ ਇਸਤਰੀ ਦੀ ਪਹਿਲੀ ਲਾਮ ਪਰ ਮੇਰੇ ਮਨ ਸੀ ਲਾਮ ਹੈ ਕਿ ਲਾਮ ਕਿਸ ਨੂੰ ਕਹਿੰਦੇ ਮੈਨੂੰ ਚਾਰ ਅਰਥ ਲੱਭੇ ਲਿੱਤੇ ਵਿਚਾਰ ਵਾਹਿਗੁਰੂ ਜੀ ਇਹ ਨਹੀਂ ਕਿ ਮੈਂ ਇੱਕ ਸ਼ਬਦ ਦੇ ਬਹੁਤ ਕਰ ਰਿਹਾ ਪਰ ਚੇਤੇ ਰੱਖਿਓ ਬਾਬਾ ਫਰੀਦ ਦਾ ਅਰਬੀ ਵਿੱਚ ਸੁਭਨ ਕਹਿ ਕਿ ਬੋਲਣ ਵਾਲੇ ਵਿਦਵਾਨ ਸ਼ਬਦ ਨੂੰ ਆਪਣੀ ਬੁੱਧੀ ਦੇ ਅਰਥਾਂ 'ਚ ਮਤ ਬੰਨ ਹੋ ਸਕਦਾ ਇੱਕ ਸ਼ਬਦ ਦੇ ਹਜ਼ਾਰਾਂ ਅਰਥ ਵੀ ਹੁੰਦੇ ਪਰ ਉਹਨਾਂ ਨੇ ਤਾਂ ਬੜੇ ਉੱਚੇ ਸਿਖਰ ਦੀ ਗੱਲ ਕੀਤੀ ਲਾਮ ਅਸਲ 'ਚ ਸੰਸਕ੍ਰਿਤ ਦੀ ਲੂ ਧਾਤੂ 'ਚੋਂ ਪੈਦਾ ਹੋਇਆ ਸ਼ਬਦ ਕਹਿ ਭਾਈ ਵੀਰ ਸਿੰਘ ਲਿਖਦੇ ਆ ਇਹ ਲੂ ਧਾਤੂ 'ਚੋਂ ਪੈਦਾ ਹੋਇਆ ਇਹਦਾ ਅਰਥ ਕੱਟਣਾ ਵੱਢਣਾ ਮੈਂ ਬੇਨਤੀ ਕਰਾਂਗਾ ਜਿੰਨੇ ਕੁ ਸ਼ਬਦ ਮੈਨੂੰ ਮਿਲੇ ਇਹਦਾ ਅਰਥ ਕੱਟਣਾ ਇਹਦਾ ਭਾਵ ਅਰਥ ਕਹਿ ਕਿ ਦੰਪਤੀ ਪਤੀ ਪਤਨੀ ਹੋਰਨਾਂ ਵੱਲੋਂ ਅੰਦਰੋਂ ਜਿਹੜੇ ਕੰਮ ਉਹ ਟੁੱਟਾ ਹੋਰਨਾਂ ਵੱਲੋਂ ਹਰ ਤਰ੍ਹਾਂ ਦੀ ਬਿਰਤੀ ਨੂੰ ਕੱਟ ਕੇ ਜਦੋਂ ਪਰਸ ਪਰ ਆਪਣੇ ਪਿਆਰ ਦੇ ਵਿੱਚ ਅਭੇਦ ਹੁੰਦੇ ਨੇ ਉਹਦੇ ਲਈ ਸ਼ਬਦ ਉਹਨਾਂ ਨੇ ਲਾਮ ਵਰਤਿਆ ਇਹਦਾ ਅਰਥ ਕੱਟਣਾ ਵੀ ਕੀਤਾ ਦੂਸਰੀ ਬੇਨਤੀ ਮੈਂ ਕਰਾਂ ਲਾਮ ਲਫ਼ਜ਼ ਉਹਦੇ ਲਈ ਵੀ ਵਰਤਿਆ ਜਾਂਦਾ ਜਦੋਂ ਬੇੜੀ ਨੂੰ ਕਿਨਾਰੇ ਤੇ ਬੰਨਦੇ ਉਦੋਂ ਸ਼ਬਦ ਵਰਤੇ ਨੇ ਲਾ ਨਾਲ ਬੰਨ ਦਿੱਤਾ ਲਾਮ ਸ਼ਬਦ ਵਰਤੇ ਨਹੀਂ ਸਾਡੇ ਲੱਜ ਜੀ ਨੂੰ ਕਹਿੰਦੇ ਸਨ ਲੱਜ ਕਹਿੰਦੇ ਸਨ ਉਹਦੇ ਲਈ ਸ਼ਬਦ ਲਾਮ ਸੀ ਕਿ ਜਿਹੜੀ ਬੇੜੀ ਹੈ ਉਹਨੂੰ ਘੁੱਟ ਕੇ ਕਿਨਾਰੇ ਤੇ ਬੰਨੇ ਹਵਾ ਆਏ ਤੇ ਉਹ ਕਿਤੇ ਡੋਲੇ ਨਾ ਉਹ ਵੀ ਹੈ ਕਿ ਸਿੱਖ ਗ੍ਰਿਸ਼ਤ ਵਿੱਚ ਵਿਚਰਦਾ ਹੈ ਗੁਰੂ ਦੇ ਸ਼ਬਦ ਦੀ ਲਾਮ ਨਾਲ ਘੁੱਟ ਕੇ ਓਮਕਾਰ ਨਾਲ ਜੁੜਿਆ ਤੀਸਰੀ ਮੈਂ ਬੇਨਤੀ ਕਰਾਂਗਾ ਜਿਹੜੇ ਪੇਂਡੂ ਕਲਚਰ ਨੂੰ ਜਾਣਦੇ ਨੇ ਜੀ ਹੁਣ ਵੀ ਪਹਿਲਾਂ ਸੀ ਜੀ ਜਦੋਂ ਕਣਕ ਪੱਕਦੀ ਸੀ ਸਾਡੇ ਉਦੋਂ ਫਲੇ ਜੋਏ ਜਾਂਦੇ ਸਨ ਸ਼ਾਇਦ ਫਲਾਂ ਸ਼ਬਦ ਸ਼ਹਿਰ 'ਚ ਤਾਂ ਨਹੀਂ ਪਤਾ ਲੱਗਣਾ ਕਿਉਂਕਿ ਅੱਜ ਕੱਲ੍ਹ ਥਰੈਸ਼ਰ ਆ ਗਏ ਕੰਬਾਈਨਾਂ ਆ ਗਈਆਂ ਅਸੀਂ ਦੇਖੇ ਨਹੀਂ ਜੀ ਛੋਟੇ ਹੁੰਦੇ ਸਾਨੂੰ ਬਿਠਾ ਦਿੰਦੇ ਸੀ ਉੱਤੇ ਬਲਦ ਹੱਟਣ ਵਾਸਤੇ ਉਹ ਮੋੜੇ ਲੈ ਕੇ ਫਲਾਂ ਬਣਾਇਆ ਜਾਂਦਾ ਸੀ ਤੇ ਜਦੋਂ
कनक विछाणी ते फला सीधा नहीं चलता हूं जिमें आप घूमता है जिमें हट घूमता है हाँ नहीं ओ, ओ हुंदा जी ओ खरास हुंदा जिहड़ा पत्थर दा घूमता खरास चक्की ਇਹ ਅਸਲ 'ਚ ਕੀ ਹੁੰਦਾ ਸੀ ਮੋੜੇ ਲੈ ਕੇ ਉਹਦੇ ਉੱਤੇ ਕਣਕ ਦੇ ਨਾੜ ਬੰਨ ਕੇ ਭਾਰ ਪਾ ਕੇ ਉਹਨੂੰ ਚਾਰ ਚੁਬੇਰੇ ਘੁਮਾਉਂਦੇ ਸਨ ਗੋਲਾਈ ਵਿੱਚ ਉਹਨੂੰ ਵੀ ਲਾਮ ਕਿਹਾ ਜਾਂਦਾ ਸੀ ਇਹ ਵੀ ਸ਼ਬਦ ਲਾਮ ਆਇਆ ਮੇਰੇ ਮਨ 'ਚ ਕੀ ਜਿਹੜਾ ਅਰਥ ਮੈਨੂੰ ਪਰਸੋਂ ਚੌਥ ਬੜਾ ਸਤਿਗੁਰੂ ਨੇ ਬਖਸ਼ਿਸ਼ ਕੀਤੀ ਅਸੀਂ ਘਰ 'ਚ ਇੱਕ ਰੱਸੀ ਬੰਨ੍ਹਿਆ ਉਹਨੂੰ ਵੀ ਲਾਮ ਕਹਿੰਦੇ ਇਹ ਨਹੀਂ ਹੈ ਨਾ ਜੀ ਕਿ ਲਾਮ ਬੰਨ ਦਿੱਤੀ ਕਿ ਨਹੀਂ ਜੇ ਤੇਰੇ ਕੋਲ ਲਾਂ ਕਦੀ ਇੱਕ ਕਿਨਾਰੇ ਤੇ ਨਹੀਂ ਵੱਜਦੀ ਲਾਂ ਹੁੰਦੀ ਉਹ ਵਿੱਚ ਦੇ ਦੋ ਕਿਨਾਰੇ ਜੁੜੇ ਹੋਣ ਦੋਨਾਂ ਪਾਸਿਆਂ ਤੋਂ ਜਿਹੜੀ ਘੁੱਟ ਕੇ ਵੱਜੀ ਉਹ ਹੀ ਲਾਂ ਗਏ ਸੱਚ ਇਹਵੇ ਕਿ ਇੱਕ ਪਾਸੇ ਸੰਸਾਰ ਨਾਲ ਗ੍ਰਿਸਤੀ ਜੁੜਿਆ ਦੂਜੇ ਪਾਸੇ ਕਰਤਾਰ ਨਾਲ ਜੁੜਿਆ ਲਾਂ ਹੈ ਹੀ ਉਹ ਜਿਹੜੀ ਦੋਨਾਂ ਕਿਨਾਰਿਆਂ ਨੂੰ ਬੰਨ ਕੇ ਬੈਠੀ ਲਾਂ ਹੈ ਸਤਿਗੁਰੂ ਨੇ ਸਾਡੇ ਤੇ ਕਿਰਪਾ ਕੀਤੀ ਉਹਨਾਂ ਨੇ ਸਾਨੂੰ ਚਾਰ ਲਾਵਾਂ ਬਖਸ਼ੀਆਂ ਇਸ ਲਾਮ ਪ੍ਰਵਿਰਤੀ ਕਰਨ ਤੋਂ ਸ਼ੁਰੂ ਹੋਣਾ ਜੀ ਮੈਂ ਸਿਰਫ ਸੰਖੇਪ ਦੀ ਬੇਨਤੀ ਕਰਦਿਆਂ ਨਾ ਮੈਨੂੰ ਯਾਦ ਹੈ ਮੈਂ ਯਤਨ ਕਰਾਂਗੇ ਰਿਕਾਰਡਿੰਗ ਬੈਠਣੀ ਗੁਰਮਤਿ ਪਿਆਰੇ ਸਰੀ ਗੁਰਦੁਆਰਾ ਸਾਹਿਬ ਲਾਵਾਂ ਬਾਰੇ ਕਿਆ ਬੋਲੂੰਗੇ ਹੰਕਾਰ 'ਚ ਨਾਲ ਜਾਇਓ ਮੇਰਾ ਖਿਆਲ ਮੈਂ 12 ਦਿਨਾਂ 'ਚ 12 ਕੇ 15 ਘੰਟਿਆਂ ਸਿਰਫ ਅਜੇ ਪਹਿਲੀ ਲਾਮ ਦੀਆਂ ਚਾਰ ਤੁਕਾਂ ਦੇ ਅਸਰ ਅਰਥ ਹੋਏ ਅਤੇ ਜੇ ਤਸੱਲੀ ਨਾਲ ਅਜੇ ਅਰਥ ਕਰਾਂਗਾ ਚਾਰ ਲਾਮਾਂ ਦੇ ਅਰਥ ਬੜੇ ਪਏ ਇਹ ਚੁਟਕੀ ਮਾਰ ਕੇ ਨਹੀਂ ਅੱਜ ਇੰਨਾ ਦੁੱਖ ਲੱਗਦਾ ਜਦੋਂ ਕਿਤੇ ਪਹਿਲੀ ਗੱਲ ਤਾਂ ਮੈਂ ਕਦੀ ਵਿਆਹ 'ਤੇ ਬੋਲਣੀ ਬੜਾ ਬੜਾ ਗੁਰੇਜ ਘੱਟ ਕਰੀਦਾ ਮੈਨੂੰ ਸ਼ੀਤਲ ਸਾਹਿਬ ਦੀ ਗੱਲ ਬੜੀ ਚੇਤੇ ਆਉਂਦੀ ਖਿੰਨ ਵਿੱਚੋਂ ਮੇਰਾ ਪ੍ਰਕਰਨ ਹੀ ਵੈਸੇ ਉਹਨਾਂ ਦੀ ਕਿਤਾਬ ਵੇਖੀ ਡਿੱਠੀ ਦੁਨੀਆ ਪੜ੍ਹਨ ਵਾਲੀ ਸੋਹਣ ਸਿੰਘ ਸ਼ੀਤਲ ਜੀ ਉਹਨਾਂ ਨੇ ਅੰਤ ਕਿਹਾ ਕਹਿੰਦੇ ਨੇ ਮੇਰੀ ਜ਼ਿੰਦਗੀ 'ਚ ਤਿੰਨ ਗੱਲਾਂ ਕਦੀ ਨਹੀਂ ਭੁੱਲਦੀ ਪਹਿਲੀ ਗੱਲ ਮੇਰੇ ਪਿੰਡ ਦਾ ਸਾਧੂ ਨਹੀਂ ਭੁੱਲਦਾ ਜਿਹਨੇ ਮੈਨੂੰ ਪਹਿਲੇ ਦਿਨ ਕੂੜਾ ਰੇਤ ਉੱਤੇ ਪਾਉਣਾ ਸਿਖਾਇਆ ਦੂਜੀ ਗੱਲ ਉਹ ਕਹਿੰਦੇ ਨੇ ਇੱਕ ਤਾਂ ਮੈਂ ਵਿਆਹ ਗਿਆ ਮੈਨੂੰ ਹੰਕਾਰੀ ਜਾਜੀ ਨਹੀਂ ਭੁੱਲਦਾ ਕਹਿੰਦਾ ਉਸ ਦਿਨ ਤੋਂ ਬਾਅਦ ਮੈਂ ਵਿਆਹ ਨਹੀਂ ਕਰਿਆ ਕਿਸੇ ਦਾ ਤੀਜੀ ਗੱਲ ਉਹ ਕਹਿੰਦਾ ਜਦੋਂ ਮੈਂ ਢਾਡੀ ਕਲਾ ਸ਼ੁਰੂ ਕੀਤੀ ਮੈਨੂੰ ਉਹ ਧੀ ਨਹੀਂ ਭੁੱਲਦੀ ਜਿਹੜੀ ਮੇਰੀ ਉਮਰ ਜੀ ਨੇ ਮੈਨੂੰ ਬਾਬਾ ਜੀ ਕਿਹਾ ਸੀ ਤਿੰਨੇ ਗੱਲਾਂ ਮੈਨੂੰ ਬੜੀਆਂ ਚੰਗੀਆਂ ਲੱਗੀਆਂ ਉਹ ਕਹਿੰਦੇ ਨੇ ਮੇਰੇ ਪਿੰਡ 'ਚ ਜਿਸ ਦਿਨ ਮੇਰੀ ਮਾਂ ਨੇ ਮੈਨੂੰ ਪੜ੍ਹਨੇ ਪਾਇਆ ਸਾਡੇ ਪਿੰਡ 'ਚ ਇੱਕ ਸਾਧੂ ਆਇਆ ਗੁਰਸਿੱਖ ਸ਼ਬਦ ਵਰਤਦੇ ਨੇ ਕਹਿੰਦੇ ਉਹਨੇ ਆ ਕੇ ਪਿੰਡ ਵਿੱਚ ਕਿਹਾ ਕਿ ਮੈਂ ਗੁਰਦੁਆਰੇ ਸੇਵਾ ਕਰਾਂਗਾ ਪ੍ਰਕਾਸ਼ ਕਰਾਂਗਾ ਬੱਚਿਆਂ ਨੂੰ ਪੜ੍ਹਾਉਂਗਾ ਜੋ ਮਰਿਆਦਾ ਗੁਰੂ ਘਰ ਦੀ ਨਿਭਾਉਂਗਾ ਪਰ ਮੈਂ ਰੋਟੀ ਮੰਗਣ ਨਹੀਂ ਜਾਵਾਂ ਉਸ ਵੇਲੇ ਡਾਲੀ ਕਰਦੇ ਸਨ ਮੈਂ ਰੋਟੀ ਨਹੀਂ ਮੰਗਣ ਜਾ ਇੱਕ ਵਕਤ ਰੋਟੀ ਖਾਂਗਾ ਮੈਨੂੰ ਦੇ ਦੇ ਉਹਨਾਂ ਕਿਹਾ ਤੂੰ ਦਾਣੇ ਕਿੰਨੇ ਲੈ ਦਾਣੇ ਦੇ ਦੇ ਸਰ ਉਹਨੇ ਕਿਹਾ ਦਾਣੇ ਨਹੀਂ ਲੈਣੇ ਮੇਰੇ ਇੱਕੋ ਸ਼ਰਤ ਦੇ ਕੱਪੜੇ ਮੇਰੇ ਦੋ ਕੁ ਜੋੜੇ ਹੈਗੇ ਆ ਮੇਰਾ ਸਾਲ ਬੜੇ ਆਰਾਮ ਨਾਲ ਨਿਕਲ ਜਾਣਾ ਪਰ ਇੱਕ ਸ਼ਰਤ ਕਹਿ ਕਿ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਗੁਰਦੁਆਰਾ ਹੈ ਨਾ ਜਿੱਥੇ ਪ੍ਰਕਾਸ਼ ਕੀਤਾ ਕਮਰਾ ਪੱਕਾ ਬਣਾ ਕੇ ਦੇ ਮੈਨੂੰ ਕੁਛ ਮੈਨੂੰ ਛੱਪਰੀ ਠੀਕ ਸੀਤਲ ਸਾਹਿਬ ਕਹਿੰਦੇ ਮੈਨੂੰ ਐਤੀ ਕਰੋ ਉਹਦਾ ਚਿਹਰਾ ਨਜ਼ਰ ਹੁੰਦਾ ਬਚਪਨ 'ਚ ਮੈਂ ਦੇਖਿਆ ਕਹਿੰਦੇ ਨੇ ਉਹਨੇ ਜਿਸ ਦਿਨ ਮੇਰੀ ਮਾਂ ਲੈ ਕੇ ਗਈ ਉਸਨੇ ਰੇਤ ਇਕੱਠੀ ਕਰਕੇ ਕਲਮ ਦਵਾ ਦਿੱਤੀ ਸੀ ਮੇਰੀ ਉਂਗਲੀ ਪਕੜ ਕੇ ਪਹਿਲੀ ਵਾਰੀ ਕੂੜਾ ਬਣਾਇਆ ਕੂੜਾ ਐਡਾ ਮੈਂ ਲਿਖਿਆ ਮੈਨੂੰ ਇੱਕੋ ਓਂਕਾਰ ਦੇ ਕੇ ਉਹਨੇ ਦੱਸਿਆ ਕਹਿੰਦਾ ਸੱਚ ਇਵੇਂ ਅੱਜ ਜਦੋਂ ਵੀ ਮੈਂ ਕਲਮ ਚੁੱਕਣਾ ਉਹਨਾਂ ਨੇ ਵਾਰਤਕ ਵੀ ਲਿਖਿਆ ਉਹਨਾਂ ਨੇ ਕਵਿਤਾ ਵੀ ਲਿਖੀ ਉਹਨਾਂ ਢਾਡੀ ਸਾਕੇ ਵੀ ਲਿਖੇ ਕਹਿੰਦਾ ਜਦੋਂ ਕਲਮ ਚੁੱਕਣਾ ਅੱਜ ਮੈਨੂੰ ਇੰਝ ਲੱਗਦਾ ਜਿਵੇਂ ਸਾਧੂ ਨੇ ਮੇਰੀ ਉਂਗਲ ਪਕੜੀ ਹੋਈ ਪਰ ਕਹਿੰਦਾ ਮੈਨੂੰ ਇੱਕ ਦੁੱਖ ਖੇਤ ਇੱਕ ਸਾਲ ਬਾਅਦ ਉਹ ਵਿਟਰ ਗਿਆ ਪਿੰਡ 'ਚ ਪਿੰਡ ਦੇ ਲੋਕ ਇਕੱਠੇ ਉਹਨਾਂ ਕਿਹਾ ਵੀ ਤੂੰ ਸੇਵਾ ਕਰ ਰਹੀ ਹੈ ਪਰ ਰੁਸ ਕਿਉਂ ਗਿਆ ਕਹਿੰਦੇ ਨੇ ਉਹਨੇ ਇੱਕੋ ਗੱਲ ਕਹੀ ਤੁਸੀਂ ਆਪਣੀਆਂ ਮੱਝਾਂ ਦੇ ਕੂੜਾ ਕੁੜ ਸ਼ਬਦ ਵਰਤਦੇ ਸੀ ਜਿੱਥੇ ਬੰਨਦੇ ਸੀ ਜੀ ਸਾਡੇ ਬਾਗ 'ਚ ਤੁਸੀਂ ਇਹਨੂੰ ਕਹਿ ਲਓ ਮੱਝਾਂ ਜਿੱਥੇ ਬੰਨੀਆਂ ਉਹ ਵੀ ਪੱਕੀਆਂ ਕਰ ਲੈ ਥਾਂ ਪਰ ਮੇਰੇ ਗੁਰੂ ਦਾ ਥਾਂ ਜੇ ਨਹੀਂ ਕੱਚਾ ਰਹਿੰਦਾ ਕਹਿੰਦਾ ਪਿੰਡ ਨੇ ਇਕੱਠੇ ਹੋ ਕੇ ਪੱਕੀ ਥਾਂ ਬਣਾ ਦਿੱਤੀ ਕੁਝ ਦਿਨ ਰਿਹਾ ਉਸ ਤੋਂ ਬਾਅਦ ਪਤਾ ਹੀ ਨਹੀਂ ਲੱਗਦਾ ਸਾਧੂ ਕਿੱਥੇ ਜਾ ਕੇ ਕਹਿੰਦਾ ਉਹ ਨਹੀਂ ਮੈਨੂੰ ਕਦੀ ਭੁੱਲਦਾ ਦੂਜੀ ਗੱਲ ਸੀਤਲ ਸਾਹਿਬ ਨੇ ਲਿਖੀ ਕਹਿੰਦੇ ਜਦੋਂ ਮੈਂ ਢਾਡੀ ਰਾਤ
करन वास्ते गया जिस घर च मैं रुकिया सां उत्थे नराण ते भरजाई सां परिवार दे अंदर दोनों की उम्र कह लगे मेरी भी जरूरी सी जवान ही सन कहिंदे मेरे साथियां नूं बीबियां कहिंदियां सन वीर जी ते मैनूं जदों बुलाना बाबा जी कहिंदे मेरे मन च आया भी उम्र मेरी जिन्नी मैनूं वीर जी ने कह रहीआं बाबा जी कह रहीआं ने कहिंदे उस रात मैं अद्धी रात उठ के कहा सीतल तेरी उम्र दीआं औरतां ने तेनूं बाबा जी कहिंदियां ने तूं अरदास करी बाबे शब्द नूं कदी दागी ना अपनी जिंदगी जिथे भी कीर्तन कर गया मेरे मन च किते फुरना पैदा होया इको दम करना च आवाज बाबा वरदी सी उस लफ्ज ने मेरी सारी जिंदगी फिर कर दी। तीजी गल मैं कही सीतल जी लाओ बिरहीर दी कली डोली चढ़ी हीर उस वक्त सीतल साहब कहने मैं खलो के क्या खड़ा हो वो खड़ा हो गया उन्हें शब्द वरके कह लगे तेरे बाप ने अपनी भैन का डोला तोड़िया हुआ तू अपनी भैन तोरी कह लफ सुना कह धी तोरी कह लगे जे तेरी धी का कार्ज हो खलो के कह तेरे ते बीते ही कहते मैं उस बाद लावा नहीं कर लिख दिता वाहगुरु जी मैं शब्द कह लगा वह कहता जिस घर में चार पांच पीढ़ियां धी नहीं दे लगे जरूर सोचियो क्योंकि शायद मैं धी की कदर नहीं। शीतल साहब ने यह शब्द में उन्होंने किताब वेखी डिटी दुनिया मैं बेनती करांगा जो असी लावा अक्सर चाहता ये वे कि लावा की व्याख्या लिए खुला समा साड़ी एक मजबूरी जेडे साडे मेल में जी आए होंगे ने सब की सुरती एक जी नहीं होंगी वो सारे प्रॉब्लम बड़ी बड़ी क्रिएट करते वह कोई कहे खाण पीन का व्यास जी सारा दिन गुरद्वरे पा छड़िया जी उत्थे लंगर छका छड़िया जी दाल पा छी जी प्रसाद ही बताई जान जी ये सारी समस्या है क्योंकि सब की सुरती एक जी नहीं होंगी व्याह हर बंदा साढ़ा तो इन्ना बखावा है जी असी तो हंकार दिया पंडा लद के आने व्याह बरात होती मैं बड़े बड़े बंदे हाथ जोड़ते देखे इन व्यक्ति मर जाने अंज लगता जी मैं बड़ी बड़ी फौज लैके जित प्राप्त करने वास्ते आए पर एक बजुर्ग का सुखम है ओदी जिंदगी दी बीती कहानी जो बरात तोरी ते अक्सर बेटी वाले कहिंदे हुंदे ने कि साढ़े तो कोई भुल हो गई सानू बख्श दिओ रोटी पानी ओ जदों सारे इकट्ठे होके बजुर्ग कोल गए बजुर्गा असी सेवा कीती है जिथे भुल रह गई होवे सानू बख्श दे कहिंदा उस बजुर्ग ने बस तो उतर के ना हाथ जोड़ के उन्हां नूं कहा भलियो तुसीं खिमा क्यों मंगदे हो मैं तुहाडा धन्नवाद करना चाहना मैं एडा वड्डा बंदा पर अपने परिवार के रिश्तेदारां नूं ढाई डंग की रोटी नहीं खवा सकिया तुहाडे गोए ते लै गया पर किना पौकी सोच उन्हें कहा यह शब्द बाबा लाल चंद जी ने कहा जिस वक्त माता गुजरी जी की डोली चली असी जदों पढ़ने खां ते गुरु तेग बहादुर साहिब महाराज नाले ने गुजरी माता जी डोली च बैठे ते बाबा लाल चंद जी ने हाथ जोड़ के कहा सतगुरु मैं तेरी सेवा नहीं कर सकता मीर पीरी दे दादे ने जिहड़े शब्द कहे ओह झोके कहन लगे मैं सेवा नहीं कर सकिया उठ के सीने नाल ला के कहन लगे जिसने तन जा अर्पण कीनो तिस पाछे क्या रख ली कहिंदे तू क्यों कह रहे शब्द जिन्हें अपने जिगर का टोटा डोली विच पा दिता बाकी रहन की कह लवे घर का अमीर विरस चार लावा की मैं चलो लाम के अर्थ किते नहीं जुड़ना लाम बनती ता है जे दोनों पास उतरी हो गई पहली लाम प्रवृत्ति करम है प्रवृत्ति का अर्थ प्रवेश करना नहीं पर कमाल की गल ये कि गुरु ग्रंथ साहिब प्रवृत्ति निर्वृत्ति दिता
प्रवेश भी करना है पर नरलेप रहना है। थोड़ी मैं एक एक तुक सिर्फ लाना क्योंकि ज्यादा नहीं कथा हो सकनी चार लावा की। हर पहली लाम प्रवृत्ति कर्म दृढ़ाया बलराम जीओ। बाणी ब्रह्मा वेद धर्म दृढ़ो पाप दजाया बलराम जीओ। धर्म दृढ़ो कर नाम त्यावो सिमरत नाम दृढ़ाया। सतगुरु गुर पूरा आराधो सब किल पाप गवाया। सहज आनंद भवावट भागी मन हारा मीठा लाया। जन कह नानक लाम पहली आराम दाता। हजूर सचे पातशाह शब्द वरते कहते पहली लाम प्रवृत्ति कर्म है। फिर बेनती सुनो हर पहली लाम प्रवृत्ति कर्म दड़ाया बलराम जी को। पहली गल गुरु ने इस जीव स्त्री नूं ब्याह वेले यह दृढ़ कराई कि तुसी प्रवृत्त होना है प्रवेश होना है। पर जिवें गृहस्थ विच प्रवृत्त होण लगे हो इस प्रवृत्ति विचों निर्वृत्ति पैदा करनी। फिर सुनियो मैं लव जिहड़े दौरान लगा प्रवृत्त कित्थे होना है जी। बाणी ब्रह्मा वेद धर्म दृढ़ो गुरु की बाणी ठीक है आवाज जी गुरु की बाणी है। एदू वड्डा तेरे लिए वेद कोई जे तेरे को वेद दे दंदे नूं औंकड़ लगी उठे पाठ करो बहु बचन नहीं हो वेदार्थ ज्ञान तेरे वास्ते गुरबाणी एदू वड्डा ज्ञान कोई नहीं। तेरे वास्ते नाम एदू वड्डी सिमरति कोई नहीं। सब तो पहली गल तेरा प्रवृत्ति कर्म एवे तू धर्म नूं दृढ़ करना है। हर पहली लाम प्रवृत्ति कर्म दृढ़ाया बलराम जीओ। बाणी ब्रह्मा वेद धर्म दृढ़ो पाप तजाया बलराम जीओ। की धर्म दृढ़ो धर्म दृढ़ो कर नाम ते आवो सिमरत नाम दृढ़ाया। सतगुरु गुर पूरा आराधो सब किलवि पाप गवाया। सहज आनंद गवा बन पाती है आनंद सहज आनंद है। नर्स कीते आनंद केवल इंद्रियां की पूर्ति नहीं हुण प्रवृत्ति विचों निर्वृत्ति किवें होवेगी। ये बड़ा दुख का वाला सवाल बनेगा भी प्रवृत्त भी हो निर्वृत्त भी हो सके प्रवेश भी करे। बिल्कुल सिख प्रवृत्ति विच निर्वृत्ति है। ये कारबारी भी योगी भी सच यह प्रवृत्ति विचों ही निर्वृत्ति का फल निकलता। चलो असि सतगुरु की बाणी चो दो प्रमाण चलो सब चेते ने तो प्रवृत्त रह के निर्वृत्त भी हो सकता सारे नहीं हो सकते जिन्होंने रब बख्शिश करे। मैं एक उदाहरण देंगा कबूतर एक पंछी सानू पता है मैं दसो पानी की डिग पे कभी उसके खान भिजन तो बिना रह सकते। पानी च डिगेगा तो उड नहीं सके क्योंकि वह भिज गए। तोते ने कां ने चिड़िया ने पानी गहरे च डिगणगे खंभ भिजणगे पर तरिया नहीं जाना। मुरगाबी प्रवृत्त विच निर्वृत्त किवें आउंदी है उडारी मार के बैठती भी पानी विच फीड भी अपनी पानी विचों खिंच लैंदी है। पर कमाल की गल कि उस प्रवृत्ति विच निर्वृत्ति इन्नी है कि वह दरिया के मध्य धार विच भी जाके कभी अपना भिजन नहीं देती। वह पानी दहर उत्ते तरती कोई जो मौज होती पानी चौड़ा नहीं मरता। यह प्रवृत्त भी है तो निर्वृत्त भी है। प्रवेश करती पर खंभ नहीं भिजन देती। दूसरा महाराज जी ने कहा कमल का फुल सी साहब सारे जाने जैसे जल में कमल निरालन मुरगाई नह साने शब्द सुरत भव सागर तर गया नानक नाम वखाने। चिकन प्रवृत्ति कमल का फुल उन्नी देर तक पदाइश नहीं जिन्नी देर तक चिकड़ लगी। सुकी मिट्टी च कमल नहीं उगेगा उसकी प्रवृत्ति वास्ते चिकड़ होना जरूरी। जो वह प्रवृत्त होंदा है उहदियां जड़ां चिकड़ विच मौलदियां ने। निर्वृत्त इन्ना है जड़ां चिकड़ विच समाई बैठा है ते यारी उहदे नाल पाई बैठा जिहड़ा करोड़ां करोड़ दूर सूरी तां पा गया। प्रवृत्त है पर नर्क नूं पुछो कमल दे फुल नूं पुछो चिकड़ वेखी उह कहिंदा मैनूं चिकड़ दा कोई नहीं पता मैनूं तां आहो पुछेदा उत्ते चमकदा पिया। प्रवृत्त है उस विच निर्वृत्त है। सिख प्रवृत्त भी हुंदा है काम काज करदा है पर निर्वृत्त इन्ना जे कि नामा कहे तलोचना मुखते राम समाल हाथ पाँव कर काम सब चीतन रही। जैसी पढ़ने पानी ले कागज काटी ले खोजी आकाश मदे भरवी ले पंच जना सो बात बतौवा चीत सो डोरी राख के ले।
ਪ੍ਰਵਿਰਤੀ ਵਿੱਚ ਨਿਰਵਿਰਤੀ ਪਹਿਲੀ ਬੇਨਤੀ ਪਹਿਲੀ ਲਾਣ ਕਹੇਵੇ ਕਿ ਭਾਈ ਸਿੱਖੋ ਕਿ ਸਾਰੀ ਜ਼ਿੰਦਗੀ ਕੇਵਲ ਗ੍ਰਿਸ਼ਤ ਪ੍ਰਵੇਸ਼ ਹੋਣ ਦੀ ਗੱਲ ਹੈਗੀ ਧਰਮ ਵਿੱਚ ਵੀ ਪ੍ਰਵੇਸ਼ ਕਰੇ ਬਾਣੀ ਦਾ ਗਿਆਨ ਸ਼੍ਰੋਮਣੀ ਗਿਆਨ ਹੈ ਧਰਮ ਨਾਮ ਨੂੰ ਦ੍ਰਿੜ ਕਰੋ ਪਹਿਲੀ ਲਾਣ ਬੇਨਤੀ ਕਰਾਂਗਾ ਪ੍ਰਵਿਰਤੀ ਕਰਨ ਹੈ ਦੂਸਰੀ ਲਾਣ ਭੈ ਤੋਂ ਨਿਰਭਉ ਹੋਣਾ ਤੇ ਨਿਰਮਲ ਭਉ ਪੈਦਾ ਹੋ ਜਾਣਾ ਹਰ ਦੂਜੜੀ ਲਾਮ ਸਤਿਗੁਰ ਪੁਰਖ ਮਿਲਾਇਆ ਬਨ ਰਾਮ ਜੀ ਨਿਰਭਉ ਭੈ ਮਨ ਹੋਏ ਹਜ਼ੂਰ ਦਾ ਇਹ ਬਚਨ ਹਉਮੈ ਮਹਿਤ ਜਾ ਬਰਾਮ ਜੀ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਹਜ਼ੂਰੇ ਹਰ ਆਤਮ ਰਾਮ ਪਸਾਰਿਆ ਸਵਾਮੀ ਸਰਬ ਰਿਹਾ ਭਰਪੂਰੇ ਅੰਤਰ ਬਾਹਰ ਹਰ ਪ੍ਰਭ ਜੀ ਕੋ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਲ ਚਲਾਈ ਅਨਹਦ ਸ਼ਬਦ ਵਿਜੈ ਜਦੋਂ ਸਿੱਖ ਬਾਣੀ ਨਾਲ ਜੁੜਦਾ ਦਾਸ ਕਈ ਵਾਰੀ ਬੇਨਤੀ ਕਰਦਾ ਕਿ ਹੁਣ ਜੇ ਚਾਹੁੰਦੇ ਸਭ ਤੋਂ ਵੱਧ ਜ਼ੋਰ ਦਿਓ ਤੁਸੀਂ ਬਾਣੀ ਨਾਲ ਜੁੜੋ ਸ਼ਬਦ ਨਾਲ ਜੁੜੋ ਅਸੀਂ ਰਸਤੇ 'ਚ ਵੀ ਇਹ ਗੱਲਬਾਤ ਕਰਦੇ ਆ ਰਹੇ ਸਾਂ ਅਸੀਂ ਚਾਹੁੰਦੇ ਹਾਂ ਤਬਦੀਲੀ ਬਾਹਰ ਮੁਖੀ ਆਏ ਪਰ ਯਾਦ ਰੱਖਿਓ ਇਮੋਸ਼ਨਲ ਹੋ ਕੇ ਬਾਹਰ ਦੀ ਆਈ ਕੋਈ ਤਬਦੀਲੀ ਖਤਰਨਾਕ ਹੁੰਦੀ ਹੈ ਜੇ ਬੰਦੇ ਦਾ ਅੰਦਰ ਤਬਦੀਲ ਹੋ ਜਾਏ ਨਾ ਤੇ ਬਾਹਰੋਂ ਚੇਤੇ ਰੱਖੋ ਵਜ਼ੀਰ ਖਾਂ ਵੀ ਜ਼ੋਰ ਲਾਉਂਦਾ ਰਹੇ ਛੋਟੇ ਬੱਚਿਆਂ ਨੂੰ ਵੀ ਚੇਂਜ ਨਹੀਂ ਕਰ ਸਕਦਾ ਮੈਂ ਬੇਨਤੀ ਕਰਾਂਗਾ ਕਿ ਸਤਿਗੁਰ ਪੁਰਖ ਦਾ ਮਿਲਾਪ ਜਦੋਂ ਬਾਣੀ ਬੰਦਾ ਪੜ੍ਹਦਾ ਸਿਮਰਨ ਕਰਦਾ ਇੱਧਰ ਤੁਰਦਾ ਸੰਗਤ ਕਰਦਾ ਫਿਰ ਸਤਿਗੁਰ ਪੁਰਖ ਦਾ ਮਿਲਾਪ ਹੁਣ ਉਹ ਅਵਸਥਾ ਦੂਜੀ ਲਾਮ ਵਿੱਚ ਨਿਰਭਉ ਭੈ ਮਨ ਹੋਏ ਹਉਮੈ ਮਹਿਤ ਜਾਇਆ ਬਲਰਾਮ ਜੀ ਹੁਣ ਇਹ ਸ਼ਬਦ ਫਿਰ ਸੁਣੇ ਭਾਵੇਂ ਟੀਕਾਕਰ ਅਰਥ ਕੀਤੇ ਜੀ ਮੈਨੂੰ ਇੰਝ ਲੱਗੇ ਦੇ ਅਰਥ ਇਉਂ ਕਰਾਂਗੇ ਸੌ ਕਿਉਂ ਨਹੀਂ ਨਿਰਭਉ ਭੈ ਮਨ ਹੋਏ ਭੈ ਮਨ ਹੋਏ ਨਿਰਭਉ ਅਨਵੈ ਅਰਥ ਕਰੀਏ ਜੀ ਭਾਈ ਸਾਹਿਬ ਨੂੰ ਪਤਾ ਹੋਣਾ ਵੀ ਅਨਵੈ ਅਰਥ ਹੁੰਦੇ ਨੇ ਕਈ ਵਾਰੀ ਕਾਵਕ ਰਚਨਾ ਜਿਹੜੀ ਹੁੰਦੀ ਹੈ ਨਾ ਕਰ ਲਈ ਹੁਣ ਜਿਵੇਂ ਰੱਖੋ ਕੰਧ ਉਸਾਰੋ ਨੀਵਾਂ ਸਾਢੇ ਤਿੰਨ ਹਾਰ ਤੇਰੀ ਸੀਵਾ ਰੱਖੋ ਕੰਧ ਪਰ ਚੇਤੇ ਰੱਖੋ ਅਸੀਂ ਕਦੀ ਕਹਿੰਦੇ ਹਾਂ ਵੀ ਅੱਜ ਕੰਧ ਰੱਖਣ ਚੱਲੇ ਹਾਂ ਜੀ ਕਹਿੰਦੇ ਅੱਜ ਨੀਂਹ ਰੱਖਣ ਚੱਲੇ ਹਾਂ ਪਰ ਭਗਤ ਜੀ ਕਹਿੰਦੇ ਰੱਖੋ ਕੰਧ ਉਸਾਰੋ ਨੀਵਾਂ ਇੱਥੇ ਅਨਵੇ ਅਰਥ ਹੋਣਗੇ ਰੱਖੋ ਨੀਵਾਂ ਕੰਧ ਉਸਾਰੋ ਅਰਥ ਇਸ ਤਰ੍ਹਾਂ ਕਰਾਂਗੇ ਅਨਵੇ ਹੁਣ ਇਹ ਸ਼ਬਦ ਦੀ ਅਗਰ ਦੂਜੜੀ ਲਾਮ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀ ਉਹ ਨਿਰਭਉ ਭੈ ਮਨ ਹੋਏ ਹਉਮੈ ਮਹਿਲ ਗਵਾਇਆ ਬਲਰਾਮ ਜੀ ਵਹਿ ਜੋ ਹਉਮੈ ਮਹਿਲ ਗਵਾਇਆ ਬਲਰਾਮ ਜੀ ਨਿਰਭਉ ਭੈ ਮਨ ਹੋਏ ਇਹਦੇ ਅਰਥ ਇੱਥੋਂ ਕਰੀਏ ਭੈ ਮਨ ਹੋਏ ਨਿਰਭਉ ਜਿਸ ਦਿਨ ਤੇਰੇ ਅੰਦਰ ਪਰਮਾਤਮਾ ਦਾ ਭੈ ਪੈਦਾ ਹੋ ਗਿਆ ਉਹ ਦਿਨ ਦੁਨੀਆਂ ਵੱਲੋਂ ਨਿਰਭੈ ਹੋ ਜਾਏਗਾ ਕਿਉਂਕਿ ਰੱਬ ਦੇ ਡਰ ਤੋਂ ਬਿਨਾਂ ਦੁਨੀਆਂ ਦਾ ਡਰ ਖਤਮ ਨਹੀਂ ਹੋ ਸਕਦਾ ਇਹਨੂੰ ਥੋੜ੍ਹਾ ਜਿਹਾ ਬਾਣੀ 'ਚ ਦੇਖੀਏ ਦੋ ਤਰ੍ਹਾਂ ਦਾ ਭੈ ਹੈ ਜੀ ਇੱਕ ਹੈ ਨਿਰਮਲ ਭਉ ਇੱਕ ਹੈ ਮੈਲਾ ਭਉ ਜਿਹੜਾ ਦੁਨੀਆਂ ਦਾ ਭੈ ਵੇ ਇਹ ਮੈਲਾ ਹੈ ਰੱਬ ਦਾ ਜਿਹੜਾ ਭੈ ਵੇ ਨਿਰਮਲ ਇਹਦੇ ਵਿੱਚ ਫਰਕ ਕੀ ਹੈ ਜਿਹੜਾ ਦੁਨੀਆਂ ਦਾ ਭੈ ਵੇ ਇਹ ਨਫ਼ਰਤ ਨੂੰ ਜਨਮ ਦਿੰਦਾ ਅਤੇ ਜਿੱਥੇ ਰੱਬ ਦਾ ਭੈ ਵੇ ਉਹ ਪਿਆਰ ਨੂੰ ਜਨਮ ਦਿੰਦਾ ਜਿੰਨਾ ਕੋਈ ਦੁਨੀਆਂ ਵਿੱਚ ਬੰਦਾ ਕਿਸੇ ਨੂੰ ਡਰਾਏਗਾ ਭਾਵੇਂ ਉਹ ਕਿੰਨਾ ਵੀ ਨਜ਼ਦੀਕ ਦਾ ਰਿਸ਼ਤਾ ਹੋਵੇ ਜਿੱਥੇ ਦੁਨੀਆਂ ਵਿੱਚ ਡਰ ਪੈਦਾ ਕੋਈ ਕਰੇਗਾ ਉਸ ਡਰ ਵਿੱਚੋਂ ਇੱਕ ਦਿਨ ਹੇਠ ਨਫ਼ਰਤ ਜ਼ਰੂਰ ਜਨਮ ਲਏਗੀ ਜਿੱਥੇ ਵਾਹਿਗੁਰੂ ਦਾ ਭੈ ਪੈਦਾ ਹੋ ਜਾਏਗਾ ਉੱਥੇ ਨਫ਼ਰਤ ਦੀ ਥਾਂ 'ਤੇ ਪਿਆਰ ਬਣ ਜਾਏਗਾ ਹੁਣ ਜਿਹੜਾ ਭੈ ਹੈ ਇਹ ਬੜੀ ਵੱਡੀ ਬਖਸ਼ਿਸ਼ ਹੈ ਕੋਈ ਰੱਬ ਤੋਂ ਡਰਨਾ ਪਵੇ ਗੁਰੂ ਸਾਹਿਬ ਦੀ ਬਾਣੀ 'ਚ ਕਬੀਰ ਸਾਹਿਬ ਨੇ ਇੱਕ ਬਚਨ ਕਿਹਾ ਕਬੀਰ ਭਲੀ ਪਰੀ ਜੋ ਭਉ ਭਰਿਆ ਦਿਸ਼ਾ ਗਈ ਸਭ ਭੂਲ ਔਰਾ ਗਰ ਪਾਣੀ ਵਜੋ ਜਾਏ ਮਿਲਿਓ ਢਲ ਭੂਲ ਹੁਣ ਇਹਦੇ ਅਖਰੀ ਅਰਥ ਥੋੜ੍ਹੇ ਜਿਹੇ ਕਰਦੇ ਨਾ ਤੁਸੀਂ ਕਦੀ ਦੇਖੋ ਜਦੋਂ ਭੈ ਪੈਦਾ ਹੁੰਦਾ ਹੈ ਨਾ ਬੰਦੇ ਦੇ ਫੁਰਨੇ ਵੀ ਬਦਲ ਜਾਂਦੇ ਹੁੰਦੇ ਇਹ ਗੁਰਮੁਖ ਪਿਆਰੇ ਕਹਿੰਦੇ ਸਨ ਕਿ ਕੋਈ ਚੋਰ ਸੰਨ ਲਾਉਂਦਾ ਹੋਵੇ ਨਾ ਫੁਰਨੇ ਬਣਾ ਕੇ ਆਵੇ ਮੈਂ ਇਹਦੇ ਘਰੋਂ ਆਹ ਵੀ ਚੁੱਕਾਂਗਾ ਆਹ ਵੀ ਚੁੱਕਾਂਗਾ ਉਹ ਸੰਨ ਲਾ ਰਿਹਾ ਤੇ ਇੱਕੋ ਦਮ ਦਰਵਾਜ਼ੇ ਦਾ ਖੜਾਕ ਆ ਜਾਏ ਗਲੀ ਵਿੱਚੋਂ ਚੌਕੀਦਾਰ ਕਿਤੇ ਡੰਡਾ ਜ਼ਮੀਨ ਤੇ ਖੜਕਾਏ ਚੋਰੀ ਕਰਨ ਵਾਲੇ ਦੇ ਫੁਰਨੇ ਭੁੱਲ ਜਾਂਦੇ ਨੇ ਜੋ ਕੁਝ ਬੰਨਿਆ ਸਭ ਕੁਝ ਛੱਡ ਕੇ ਦੌੜ ਜਾਂਦਾ ਇੱਕ ਬੰਦੇ ਦੀ ਆਵਾਜ਼ ਨਾਲ ਇੰਨਾ ਭੈ ਪੈਦਾ ਹੋਇਆ ਉਹਨੂੰ ਸਭ ਕੁਝ ਭੁੱਲ ਗਿਆ ਚੁੱਕਣਾ
जो गुरु के शब्द की आवाज पैदा करना चाहती प्यारियो अंदर की वाशना भी कितने फुल फुल जाती है जो भय पैदा हुई है सच एवे अज बंदा बंदे तो बड़ा डरता है कि रब तो नहीं डरता मैं एक दिन गया दरबार साहब जाइए ना थां थां ते कैमरे लगे हैं मत्था टेकन तो लैके सारे गुरुद्वारे च ला के बोल कुत्ते पूरा शिखर रख के बनया हुआ वो कोई गल कहता क्या भी इतने मत्था टेकन वाले सारे गुरु तो कोई नहीं डरते कैमरा भी कहता भी कोई नहीं जो डरते बंदे तो डरते पैने कि फोटो ये ना चले मैं भी बेनती करा कि जो किसी गुरमुख अंदर निर्मल को पैदा हो जाए कबीर भली परी जो पौ भरिया दिशा गई सब पूल खबे सज्जे जान वाले थुरने ही भुल गए उस भय ने की किया औरा गर पानी भया जाए मिलियो ढलकूल जिमें जमी कोई बर्फ उत्ते किरण पवे ते ढल के पानी बन के वो आहड़ में जा समान दिए जिदे अंदर रब का भय पैदा हो जाए वह कौमे तो पिघल के रब में जा समान ताही बाबा जी ने सुहागन क्या भय दियां दे सलाइया नैनी फालसा कर सकदा भय तो बिना भाव बन नहीं सकता सतगुरु कहते निर्मल पौ पाया हर गुण गाया जिथे निर्मल पौ आवेगा प्यारे उथे परमात्मा के गुण ने मैं अर्ज करांगा पहली लाम प्रवृत्ति है सिर्फ इस संखेप की कह रहे हाला बाणी ब्रह्मा कि धर्म दृढ़ो की है पाप तजारा की है एक एक चीज रुकन वाली है जी धर्म दृढ़ो चलो मैं सीधा जो कह दिता जी धर्म दृढ़ो धर्म की आज असि कहने दुनिया च इन्ने धर्म ने उन गुरु ग्रंथ साहब कहता है द्वापी का सारिया संप्रदायों ने धर्म का सिर देखो ही है दुनिया च हाँ सर्व शब्द ने एक शब्द ने जे को जाना पे हो नानक तांका दास है सोई निरंजन देव जी भाई साहब ने कहा सर्व धर्म है श्रेष्ठ धर्म हर को नाम जप निर्मल दूसरी लामक है निर्मल पौ भय विचो निर्मल पौ पैदा हो गुरु को जिथे निर्मल पौ पैदा हो जाता है दास ने एक बार कहा गुरु अमरदास महिमा प्रकाश कहता है 12 साल सेवा की महाराज ने बड़े अदब च की एक दिन बांह बन के अपने गल च पा ली तो सतगुरु ने पूछा पुरखा बांह के चोट लगी कहने गुरु की बेअदबी नहीं मार रखी महाराज की सतगुरु कुछ दिन दस कह लगे कल सैर करद ये बांह भागे पवित्र हाथ तो थोड़ी जी गई मैं रात सौ नहीं सकिया मन ने कहा जा वे अज तन हरकत करके दृष्ट मन निकलता पे तो जोड़ा अदृष्ट मन है वो पता नहीं की करे एक निर्मल पौ है तीसरी लामकी चार से बैराग है जहां वे दोनों चीजा हों चाह भी हूँ बैराग भी हूँ हर तीजरी लाम मन चाओ पया बैरागिया बलराम जी चाह बैराग दोनों चीजा कठिया मिलिया एक बच्ची अंदर चाह है पति दे वसल का बैराग है मां बाप के कारण छल के ये भी एक अवस्था होंगी बैराग ते चाह दोनों कट्ठे ने जी ज्यों ज्यों हजूर ने शब्द की कृपा करके सुरत नु चोरी कीता प्रवृत्ति करन तो निर्मल पौ आया फिर गुरमुखो हर तीजड़ी लाम मन चाओ पाया बैरागियां बलराम जीओ संत जना हर मेल हर पाया बड़भागियां बलराम जी बैराग ते चाह दो जी ये दोनों इकट्ठे रहिंदे ने जी मैं बेनती की जिते सहज आनंद ते वधाइयां इकट्ठे ने उत्थे चाह ते बैराग इकट्ठे ने जिथे लालच दे नाल पाप इकट्ठे ना सारिआं दी मित्रता बस लालच पाप तो ना बिना कला जल नहीं सकता पाप तो बिना लालच लभ पाप दो राजा बैठा हुण चाह व्याह वेले दो ही चीजां हुंदियां अज खुशी खुशी बच्ची का कार्ज रखे कितनी प्रसन्नता है पर याद रखियो ये मनुखी सवाल है कि जब इसे बच्ची नूं आप घर लभिया आप वर लभिया आप हथी सब कुछ किया जिस वक्त तेनूं तोरन लगना है उस चाह ने बैराग का रूप धारण करना है वाहिगुरु जी तीसरी लाम है चाह नाल बैराग टाइम बहुत हो गया चाह दे नाल बैराग है बैराग एक रब दी बख्शिश है
कि जी सचमुच अंदर धो तो के चली जाती है। गुरु ग्रंथ साहब बैराग बारे तो मैं राति भी कुछ बेनती की थी, कोई रब न मिलया हो दसो जरा बिरह की अवस्था में कोई दसो कि गुरु नानक साहब ने नहीं कहे भावें धुर तो गुरु बन गया। कोई आख है भूतना को कह बिताला, कोई आख है आदमी नानक बेचारा। बाबा जी कहते भया दीवाना नानक बौराना लभ बौरा वर्त्या। असि हजूर का वचन पढ़ते रैन बबिया बोलियो मेरी माई, लोचन तार लता बिलाती दर्शन प्या सच। मैं नीर वह वह चल थी, मैं गौरी मेरा राम पता, मैं ना गौरा राम कियो गौरा कबीर से। एक बेनती करांगा वो खुश किस्मत ने जिन्हें गुरु बैराग दे नाल चा दिंदा है, क्योंकि बैराग विचो ही चा ने जन्म लेना है, उपरांता विचो ही मिलाप पैदा होगा। इन यू कह लो अटैचमेंट विचो ही अटैचमेंट पैदा होगी। यही तो सारी कहानी है स्वाद की। मां बाप के घर रहना मापिया तो बिना कुछ दिन कटने बड़े मुश्किल होते। बच्चा भावे कहना बड़ा मुश्किल है, क्योंकि जो संबंध नहीं किसी ने बने। जिस दिन साई के घर चली गई बेटी, उस दिन मापिया के घर प्रौणी बन के उसकी पूछिए क्यों, कहती मेरा अपना घर गवाचद है। जिस दिन प्यारे में सुरत जुड़ जाएगी और दुनिया अपने आप छुट जाएगी। असि छुटन की गल तो सारे करने, जुड़ना भी तो है ही। फिर बेनती सुनो, असि एक कहना काम धुप में छुटिए, क्रोध धुप में छुटिए। मैं कहने ना खैड़ा छोड़ो, क्यों बार बार चिंतन करने, ये क्यों नहीं कहते कि रब न कि छुटिए, सोच ही थोड़ी जी बदल। फिर इको प्रमाण दे के बैराग तीसरी लाम है। बाबा साहब ने शब्द कह दिते, जिस हिरदे बैराग नहीं वो शमशान घाट है। फरीदा बिरहा बिरहा आखिए बिरहा तू सुल्तान, बिरहा बिरहा आखिए बिरहा तू सुल्तान। फरीदा जितन बिरो ना उपजे, सोतन जान मसान। कि थोड़े जे मत कर दे सुल्तान दा जीए। साडे सज्जन कहिंदी सी कावी काव उडारी, उन्होंने उडारी च कह दिता बिरहा तू सुल्तान। सुल्तान दा ते सम्राट हुंदा है, सुल्तान का अर्थ बादशाह शहनशाह है। तो बाबा जी ने सारी बाणी चे शमशान घाट शब्द नहीं वरत्या, सिर्फ इस शलोक भी वरत्या, बाकी सारिया थावान से कबर गोरा शब्द वरत्या। आलम सलामी मत की गल करते ये नहीं क्या कि जिस शरीर में बिरह नहीं पा कबर, उन्हें सारिया थावान से वरत्या। बोले शेख प्रीत प्यारे अल्लाह लगे ये तन होशी खाक निमाणी गौर करे, नहीं क्या शमशान करे। वाहगुरु जी मैं बेदबी नहीं कर रहे, गोरा से निमानिया बैसरुआ मल, गोर निमानी सड़ कर कितने क्या शमशान घाट वाजा मारता। हिंदुइज्म का शब्द शब्द शमशान घाट का संबंध सर नाल है। यह शमशान क्यों शब्द वरत्या, दास के मन च एक दिन आया कि सुल्तान क्यों में बुरा। असल च बिरह एक जज्बा है जी, साड़ी बौली का यह जज्बा है ना जी बिरह। बाकी जिन्ने जज्बे ने यह बंदे भिखारी बना दे, बिरहा वो जज्बा जरा सुल्तान बना दे। इन थोड़ा जा ध्यान न सुनो, किसी दिन डिटेल नाले दी कितने समा बढ़िया व्याख्या करांगा। काम एक जज्बा है, तुसी सूझवान गृहस्थी बैठे हो कि वह जज्बा सुल्तान है। वह निराशता कई बार लज्जा जन्म दिता है, वह जज्बा ओदी पूर्ति बड़े बड़े अपराध करा देंदी। क्रोध एक जज्बा है पर सुल्तान नहीं। एक बारी जज्बा पैदा होए कई बारी बंदा कई कई साल सलाख में पीछे बैठा रोई जाता है। जे क्रोध का जज्बा ना पैदा होता मैं बच जाता। लोभ एक जज्बा है पर सुल्तान नहीं। मोह एक जज्बा है, अहंकार एक जज्बा है। जिन्हें भी ये जज्बे ने ईर्खा निंदिया काम क्रोध लोभ ये सारे जज्बे बंदे रसाता बन जाते हैं, पर बिरह सुल्तान ता है जिदे अंदर बिरह पैदा हो जाए उन्होंने रब का मिलाप दिता है। एक जज्बा यह नीवा नहीं होने दिता बंदे बिरह तू सुल्तान। अगला बचन फरीदा जेतन बिरह ना उपजे सोतन जान मशान। कबर क्यों नहीं किया, क्योंकि कबर तपती नहीं। एक कबर है जिन्होंने साल बाद अग लगती बस है,
शायद तुम पता होने गुरुवार गोबिंद साहब का गुरुद्वारा कुड़ी परम पिला पहले शहर गए से उत्थे जाते हैं तकरीबन कश्मीर हथां दियां उंगलां जिहड़ियां दा रंग थोड़ा जिहा पीला पाए वो गुरुद्वारा बाबा हरमन सिंह जी उन्हें सेवा करते अर्थ विकार झह गया से दोबारा बढ़े उस गुरुद्वारे के सामने पीर की थान खड़ा रुख भी उतों का इतिहास में जो गुरुदेव उठे गए इस गल प्रचार जरूर लो क्योंकि असि ना महाराज गुरु ग्रंथ साहब सारे पढ़िया पढ़िया ने साइंसा साइंस दिन तजर्बा लग गए साइंस मन गई साढ़े गुरु ने कहा यह मतलब आइंस्टाइन वड्डा है कि गुरु नानक वड्डा है न्यूटन वड्डा है कि गुरु रामदास वड्डा है उस सिक्खी नूं कमाण वाले किसे उधारे बौद्धिक ज्ञान दी स्टैंपां नाल रूहानियत नूं सिद्ध मत करो रूहानियत तों वी जदों ते कोई स्टैंप नहीं रख सकदा असीं की कर रहे हां पढ़िया लिखिया समाज कहिंदे आ मैं नहीं कहिंदा पढ़ना नहीं चाहीदा पर पढ़ पढ़ के रुखा पानी पैदा होना होगा रुखा पानी पैदा होगा हुण उत्थे उत्थों दा इतिहास कहिंदा वी पंज पीर मिले महाराज जी ਜਾ ਕੇ ਪੰਜ ਉਹਨਾਂ ਨੇ ਮਹਾਰਾਜ ਦੀ ਬੇਨਤੀ ਕਰ ਲਈ ਨਾ ਜੀ ਆਪ ਉੱਚੀ ਥਾਂ ਤੇ ਬੈਠੇ ਮਹਾਰਾਜ ਨੀ ਥਾਂ ਹੈਂਕਣ ਹੁੰਦੀ ਨਾ ਆਪਣੀ ਪਰ ਆਪ ਦੀ ਕਰਨੀ ਮਹਾਰਾਜ ਆਪ ਕਿਰਪਾ ਸਾਹਿਬ ਚੱਲਦੇ ਉਹ ਨੀਵੇਂ ਤੇ ਉਹਨਾਂ ਵਿੱਚੋਂ ਇੱਕ ਉੱਡਿਆ ਸੀ ਉੱਡਿਆ ਉਹ ਜਦੋਂ ਉੱਡਿਆ ਤੇ ਗ੍ਰਹਿਣ ਲੱਗਾ ਮਹਾਰਾਜ ਜੀ ਨੂੰ ਜੀ ਕਰਮ ਮਾਤਰ ਸਤਿਗੁਰੂ ਆਸਰੇ ਕਹਿੰਦੇ ਆ ਇਹ ਧਰਤੀ ਤੁਰਨ ਵਾਸਤੇ ਬਣੀ ਉੱਡਣੇ ਆ ਇਹਨੂੰ ਮਰਨ ਤੋਂ ਬਾਅਦ ਵੀ ਧਰਤੀ ਨੂੰ ਥਾਂ ਦੇ ਦੇ ਤਾਬੂਤ ਰੁੱਖ ਬੰਨਿਆ ਉਸ ਪੀਰ ਦਾ ਕਿਉਂਕਿ ਉਹਨੂੰ ਕਬਰ ਵਿੱਚ ਥਾਂ ਨਹੀਂ ਮਿਲਦੀ ਇਹ ਅੱਤ ਕਥਨੀ ਨਹੀਂ ਕਈ ਸਿੰਘ ਮੈਂ ਕਦੋਂ ਦੇਖ ਤਾਂ ਨਹੀਂ ਸਕਿਆ ਕਈ ਸਿੰਘ ਸਾਡੇ ਨਾਲ ਗਏ ਸੀ ਉੱਥੇ ਗਏ ਸਨ ਕੈਂਪ ਤੇ ਉਹ ਦੇਖ ਕੇ ਆਏ ਉਹ ਜਦੋਂ ਮਰਿਆ ਉਹਦੀ ਕਬਰ ਤਾਬੂਤ ਗੱਡਣਾ ਉਹ ਫਿਰ ਉੱਚੀ ਉੱਚ ਕੇ ਨਾ ਉਹਨੂੰ ਚੁੱਕ ਕੇ ਮੱਕੇ ਨੂੰ ਚੱਲ ਪਿਆ ਕਿਸੇ ਦਰਵੇਸ਼ ਨੇ ਕਿਹਾ ਇਹ ਕਿਸੇ ਮਹਾਂਪੁਰਖ ਦਾ ਸਰਾਪਿਆ ਕਿਤੇ ਇਹਨੂੰ ਕਿਤੇ ਨਹੀਂ ਥਾਂ ਦਿੱਤੀ ਉਹ ਸੰਗਲ ਪਾ ਕੇ ਬੰਨਿਆ ਜੀ ਤਾਬੂਤ ਹੁਣ ਚਲੋ ਕਬਰ ਬਣਾ ਦਿੱਤੀ ਦੂਜੇ ਦੀ ਕਬਰ ਮੁਜ਼ੱਫਰਾਬਾਦ ਵਾਲੇ ਪਾਸੇ ਪਾਕਿਸਤਾਨ ਵਿੱਚ ਉਹ ਮੇਰੇ ਮਨ 'ਚ ਆਇਆ ਕਿ ਅਸੀਂ ਕਿਤੇ ਐਵੇਂ ਜਜ਼ਬਾਤੀ ਹੋ ਕੇ ਸਾਰੀਆਂ ਜੋੜ ਲਈਆਂ ਹਾਂ ਕਿ ਇਸ ਮੁਸਲਮਾਨ ਨੂੰ ਵੀ ਪੁੱਛ ਲਈ ਮੈਂ ਸੱਚੀ ਗੱਲ ਨੂੰ ਚਾਹੇ ਲਾਲਚ ਕਹੋ ਮੈਨੂੰ 500 ਰੁਪਏ ਦਿੱਤੇ ਮੈਂ ਕਹਿ ਗਿਆ ਤੂੰ ਸਿੱਖ ਬੋਲਦੇ ਨੂੰ ਸੱਚ ਹੈ ਕਹਿੰਦਾ ਹੈ ਤੂੰ ਸੱਚ ਪਾਉਣ ਦੀ ਬਤਾ ਕਹਿੰਦਾ ਉਹਨੂੰ ਸਾਲ ਬਾਅਦ ਅੱਗ ਲੱਗਦੀ ਉਹਦੀ ਕਬਰ ਸੱਚ ਹੈ ਮੈਂ ਬੇਨਤੀ ਕਰਾਂਗਾ ਕਿ ਗੁਰੂ ਦੀ ਅਜ਼ਮਤ ਨੂੰ ਐਵੇਂ ਨਾ ਜਾਣ ਗੁਰੂ ਦੀ ਬਖਸ਼ ਗੁਰੂ ਦਾ ਬਚਨ ਅਟਲ ਪਰ ਮੈਂ ਪਿੱਛੇ ਚਲੇ ਨਾ ਬਿਰਹਾ ਤੂੰ ਸੁਲਤਾਨ ਕਹਿ ਬਾਕੀ ਜਜ਼ਬੇ ਅਪਮਾਨ ਕਰਾਉਂਦੇ ਨੇ ਬਿਰਹਾ ਸੱਚੀ ਮੁੱਚੀ ਸਨਮਾਨ ਕਰਾਉਂਦਾ ਪਰ ਨਾਲ ਕਿਹਾ ਫਰੀਦਾ ਜਿੱਤਨ ਫਿਰੋ ਨਾ ਉਪਜੈ ਸੋ ਤਨ ਜਾਨ ਨੁਕਸਾਨ ਇਹ ਨਹੀਂ ਕਿਹਾ ਵੀ ਕਬਰ ਕਿਉਂਕਿ ਕਬਰ ਤਪਦੀ ਨਹੀਂ ਬੰਦਾ ਪਾ ਦਿੱਤਾ ਉੱਤੇ ਮਿੱਟੀ ਸਰ ਦਿੱਤਾ ਆਹ ਜ਼ਰੂਰ ਕਿਹਾ ਕਿ ਕੀੜਾ ਲੜਿਓ ਮਾਸ ਕਬਰ 'ਚ ਕੀੜੇ ਮਾਸ ਤਾਂ ਉੱਚਦਿਆ ਪ੍ਰੇਤ ਨਹੀਂ ਕਿਤੇ ਬਾਬਾ ਜੀ ਨੇ ਕਿਹਾ ਤੇਰੀ ਦੇਹ ਸੜ ਜਾ ਅੱਗੇ ਦੋਜਕ ਸੁਣਿਆ ਕਿਹਾ ਸ਼ਮਸ਼ਾਨ ਭੂਮੀ ਕੀ ਜੀ ਇਹ ਵਿਚਾਰੀ ਸਾਰਾ ਦਿਨ ਤਪਦੀ ਹੁੰਦੀ ਅਸੀਂ ਆਪਾਂ ਦੇਖਦੇ ਹਾਂ ਜੀ ਸ਼ਹਿਰਾਂ 'ਚ ਅੱਜ ਵੀ ਮੈਂ ਤਾਂ ਗਿਆ ਅੰਮ੍ਰਿਤਸਰ ਕਿਸੇ ਦੀ ਡੈਥ ਹੋਈ ਉੱਥੇ ਇੱਕ ਨੇ ਅੰਗੀਠਾ ਸਮੇਟਿਆ ਤੇ ਜਿਹੜਾ ਦੂਜਾ ਸੀ ਉਹਨੇ ਕਹਿ ਦਿੱਤਾ ਵੀ ਸਾਡਾ ਸਰੀਰ ਅਸੀਂ ਲੈ ਕੇ ਉਹ ਕਹਿੰਦਾ ਇੱਕ ਹੀ ਜਗ੍ਹਾ ਚੁਣ ਲਓ ਉਹ ਚੁਣ ਲੱਗੇ ਤੇ ਥੱਲਿਓ ਪੈਰਾਂ ਨੂੰ ਸੇਕ ਲੱਗਿਆ ਉਹ ਕਹਿੰਦੇ ਜ਼ਮੀਨ ਤਪਦੀ ਏ ਉਹ ਹੱਸ ਕੇ ਕਹਿੰਦਾ ਜਿੱਥੇ ਲੈ ਕੇ ਵਿਚਾਰੀ ਨਹੀਂ ਜੀ ਤਪਦੀ ਮੈਨੂੰ ਮਨ ਨੂੰ ਅੱਤ ਸੁਝਿਆ ਕਿ ਬਾਬਾ ਜੀ ਨੇ ਕਿਹਾ ਜਿਸ ਸਰੀਰ 'ਚ ਬਿਰਹਾ ਨਹੀਂ ਉਹ ਇਸ ਤਰ੍ਹਾਂ ਤਪਦਾ ਜਿਵੇਂ ਸ਼ਮਸ਼ਾਨ ਦੀ ਹੁੰਦੀ ਤਾ ਉਹ ਮੁਰਦਾ ਤੀਸਰੀ ਲਾਮ ਵੈਰਾਗ ਤੇ ਚਾਹ ਚੌਥੀ ਲਾਣ ਰੂਪੋ ਸਹਿਜ ਹਰ ਚੌਥ ਦੀ ਲਾਣ ਸਹਿਜ ਪਾਇਆ ਹਰ ਪਾਇਆ ਪ੍ਰਣਾਮ ਜੀਓ ਗੁਰਮੁਖ ਮਿਲਿਆ ਸੁਭਾਏ ਹਰ ਮੰਤਰ ਮਿੱਠਾ ਲਾਇਆ ਪ੍ਰਣਾਮ ਜੀਓ ਹਰ ਮਿੱਠਾ ਲਾਇਆ ਮੇਰੇ ਪ੍ਰਪਾਇਆ ਅੰਤ ਦੀਆਂ ਹਰਲੇ ਬੁਲਾਈ ਮੰਤ ਦਿਆ ਪ੍ਰਪਾਇਆ ਸੁਆਮੀ ਹਰ ਨਾਮ ਬਜੀ ਵਧਾਈ ਹਰ ਪ੍ਰਭ ਠਾਕੁਰ ਕਾਜ ਰਚਾਇਆ ਤਨ ਕਿਰਦੈ ਨਾਮ ਗਾਸੀ ਜਾਂ ਨਾਨਕ ਬੋਲੇ ਚੌਥੀ ਲਾਮ ਹੈ ਹਰ ਪਾਇਆ ਪਿਆਰਿਓ ਚਾਰ ਲਾਮਾਂ ਸਾਡੀ ਸੁਰਤੀ ਦੇ ਮਾਰਗ ਦੇ ਚਾਰ ਪ੍ਰਮਾਣ ਉਸ ਤੋਂ ਬਾਅਦ
चलो शब्द पढ़ दिंदे विया हुआ मेरे बाबला मेरा कह दिंदे चल डांगनी चाहिए पढ़ दिता शब्द ही पढ़ दिता केड़ा सेरा भी पढ़ता पे इन्हें मैं बंदिशा चुकाई दी वाहगुरु जी वो पढ़ दें उस तो बाद मैं सिर्फ इको बेनती करांगा सतगुरु ने अपन बेटियां तो खास करके छेवें गुरुदेव की बेटी बीबी मीर जिदा व्याह सतगुरु बस यही कह के मैं समाप्ति करांगा पर यह अर्थ यह भी लावा दर्द पूरे हो गए मैं सिर्फ एक इशारा जहा किया लावा गुरु रामदास की असीस ते गुरु रामदास ना खुद जो बाबल तो दाज मंगते भी कहते मैं कपड़े ना दई पैसे ना दई हर पर मेरे बाबला हर देवो दान में ताजो हर कपड़ो हर शोभा देवो जो सगड़ा मेरा ताजो बस आप ही देते गुरु हरगोबिंद साहब की बेटी जी की वीरो उसका विह चबाल हो भाई लगा जी ने कहा अमृतसर की पहली जंग हो गई तो परिवार उठे चला गया जिस वक्त बेटी ने महाराज ने तोड़िया गुरु बिलास पातशाह छेवीं चो सत्रह सतगुरु ने बच्ची नूं सीने नाल ला के प्यार दित्या यह शब्द कह मेरा ख्याल है यह लफ्ज बाणी तो सानूं सिख्या दिंदी इतिहासक तौर पर कह लगे सुन बीबी मैं तुझे सुनाऊं पत की महिमा कहता गाऊं मेरी ये धीए छेवें गुरुदेव के दिन मेरी बच्ची है मेरी गल सुनी कि जिदे मैं तेन लड़ता है ना यदि महिमा बहुत उच्ची है पति का सत्कार बहुत उच्चा है सुन बीबी मैं तुझे सुनाऊ पत की महिमा कहता गाऊ पत सेवक की सेवा सबली तेरा पति गुरु का सेवादार है यदि सेवा करेगी गुरु की बख्शिश मिलेगी पत सेवक की सेवा सबली पत बिन अवर करे सब निफली गुर जन की इज्जत बो करनी अपने सहुरे घर के जो बजुर्ग हो गए मेरी धीए उन्होंने सत्कार ये शब्द महाराज ने कहे गुर जन की इज्जत बो करनी सांस सेव रिदमाए सो धरनी अपनी सस नूं भी हिरदे विच थां दे मैं कहना देखो गृहस्थन मैं तू बलो गृहस्थी किड्डी वड्डी गल कहिंदे पए जदों जोगी थी बैठन लगी प्यार दिता माता दमोदरी जी आए मां ने सीने न लाया कह लगे सुन पुत्री प्राणन ते प्यारी मेरी धीए गल सुन मेरी ध्यान रख की मां प्रभात उठ कर मज्जन करियो गुरबाणी को मुख दे अमृत वेले उठ के स्नान करके गुरबाणी पढ़ी ते याद रखी तू मीरी पीरी दे दाते दी बेटी गए तू गुरु अर्जुन देव सच सिरजन कारे दी पोती गए तू गुरु रामदास की प्रकृति सुती सुची चाल किया ना हो जाए प्रभात उठ कर मज्जन करियो गुरबाणी को मुखते रहियो कह लगी कुल की बात चित में धरनी खोटी संगत कबू ना करनी ना शब्द वर्त्या सुन पुत्री प्राणन ते प्यारी जिस ते बैस दिते सुकावी मेरे प्राणन तो वध धीए तेरी उम्र सुख नाल बतीत होवेगी जे इन गल्लां नूं धारन करे इह सतगुरु ने सानूं ग्रिस्त विच इह बख्शां दित्तियां मैं कह कहिंदा हुंदा अक्सर कई वारी कि जदों आनंद कारज हुंदा है उस दिन संगत विच धी नूं गुरु एक नाम दिंदा नवा अज तक धी बेटी सारे कहने भतीजी पोती जिवें शब्द वरतने पे पर जिस दिन लावां होणियां ने उस दिन एक नाम गुरु ने अपनी हजूरी देना धीए अज तू सुहागन बने उस तो पहला कोई नाम नहीं देता सुहागन उस दिन कह पर नाल कहिंदे आ सुहागने नानक सुहाग इह भी सुई रागी नानक सुहागन का क्या चिन्ह है अंदर सच मुख उजला खसमे माहे समाहे ते मैं तो पहला कहना हुना असी सारे ज्यादा जोर ना बेटी दी दे दिंदे तकरीबन मेरा कह ली रहा तू अंज ना करी तू अंज ना करी तू इस तरह करी है कि नहीं मैं कहना सब तो पहला जिन्हें पल्ला पकड़ाया उन्होंने समझाया तू की करना आगू समझो बाकी सब को जोर सारे धी दी दिंदे तू औरत ती तू आ ना करी गुरु ग्रंथ साहब क्या तंत की डेफिनेशन दिखती है महाराज कहते क्या गाल आयो पूछ पर वेल ना जो है तंत तू नानक फुल्ला संधि वाड़ खेड़िया अब संसार
महाराज कहिंदे मूर्ख ना बनी पर वेल ना जो है कंत तू जिस फुल नूं तू अज पल्ले नाल बन के अगे तुरिए इस तो बिना किसी नूं नजर थले थां ना देई उस दिन सच्ची मुची तू कंत बन जाए। बाकी इस संसार विच नानक फुल्लां संधी वार खिड़िया हम संसार जी थे खूबसूरत तो खूबसूरत बोले ने पर जिन्हें तेरा पल्ला फड़े उस तो बिना किसी होर वाल चाहती नहीं हो। प्यारे बड़ी वड्डी सिख्या जी जे अज देखो तो यह सतगुरु सानू बख्शिश करते हैं कि तुसी सारी संगत इस तीर दे सिर ते हाथ रखियो। मेरा सतगुरु इनू दिसदा हर सुख बख्शे उस सुख नाल ना जिहड़ी लावां विच अवस्था दसी दाता इस जिंदगी चो अवस्था प्रदान करता है। सब का धन्यवाद भाई रणवीर जी की टाइम में थोड़ा पौने दो घंटे लाए मैं थकिया बड़ा सी कई दिन तो मैं जिन्होंने कहा कि मैं इंज लगता है मेरी नस नस खून की थान नस नस से थकावट भरी गई टाइम को नहीं मिलता ना सुन का तो कह सारी दें क्यों नहीं भाई सब करो प्रोग्राम असं अरदास करते हैं प्रोग्राम तो बाद कभी किसी फोन कर उन्हें पूछा घर पहुंच जो कि नहीं अच्छी गल पर भैन जी चलो इस परिवार में मेरा दिलो मुहब्बत है मेरा अपना परिवार है मेरे तो लफ्ज लफ्ज तो मैं खिमा भी मंगा रणवीर जी तो जो तुम टाइम नहीं दे सके गुरु साहब कृपा करना का वक्त बनेगा फिर थोड़े दर्शन कराँगा मैं तुम खिमा बख्श दे हाँ तुम मैं हूँ खिमा बख्श दे क्योंकि सवेरे फिर मैं काम कर जो मैं चार पाँच घंटे पै जाऊँगा रात में फिर बिल्कुल ठीक हो जाना सवेर का करो कृपा आओ इस बच्ची को शीस देव नाम की मैं फिर खिला दूंगा सारे कृपा करो जिन्ना जाने जी सदके जाए जिन्ना को टाइम है थोड़ा जा आओ सारे सब तो वड्डी शीस धी नूं इह है करो कृपा उच्चारण करो जी वाहे गुरु
बोले